ਸੋ ਇਹਨਾਂ ਨੇ ਪਹਿਲਾਂ ਵੀ ਜਿਹੜਾ ਕਿ 1961 ਦੇ ਵਿੱਚ ਮੁਆਵਜ਼ਾ ਲਿਆ, ਫਿਰ 12-13 ਦੇ ਵਿੱਚ ਲੈ ਲਿਆ, ਹੁਣ ਕੋਰਟ ਦੇ ਵਿੱਚ ਝੂਠੇ ਕਾਗਜ਼ ਪੇਸ਼ ਕਰਕੇ ਫਿਰ ਦੁਬਾਰਾ ਜਿਹੜਾ ਸਰਕਾਰ ਨੂੰ ਚੂਨਾ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਕੋਰਟ ਨੇ ਇਹ ਡਿਸਾਈਡ ਕੀਤਾ ਕਿ ਜਿਹੜਾ ਬਿਲਕੁਲ ਫਰੌਡ ਹੈ, ਗਲਤ ਇਹਨਾਂ ਕਾਗਜ਼ ਪੇਸ਼ ਕੀਤੇ ਹੈ ਔਰ ਇਹਨਾਂ ਦੇ ਖਿਲਾਫ਼ ਜਿਹੜਾ 420 ਦਾ ਪਰਚਾ ਬਣਦਾ ਹੈ। ਔਰ ਇਹੋ ਜਿਹੇ ਜਿਹੜੇ ਮੰਤਰੀ ਨੇ ਉਹ ਪਾਰਟੀ ਦਾ ਨੁਕਸਾਨ ਕਰ ਰਹੇ ਆ, ਕੈਪਟਨ ਸਾਹਿਬ ਦੇ ਨਾਮ ਨੂੰ ਉਹ ਦਾਗ ਲਾ ਰਹੇ ਆ ਔਰ ਇਹੋ ਜਿਹੇ ਬੰਦੇ ਮੈਂ ਸਮਝਦਾ ਕਿ ਪਾਰਟੀ ਤੋਂ ਕੈਬਨਿਟ ਦੇ ਵਿੱਚੋਂ ਕੱਢ ਦੇਣੇ ਚਾਹੀਦੇ। ਔਰ ਇਹਦਾ ਕੰਮ ਇਹੀ ਰਿਹਾ ਕਿ ਮੈਂ ਕਿਤੇ ਨਾ ਕਿਤੇ ਬਿਜ਼ਨਸ ਕਰਾਂ ਔਰ ਪੈਸੇ ਕਮਾਵਾਂ, ਇਹਦਾ ਹੋਰ ਪਾਰਟੀ ਦੇ ਪ੍ਰਤੀ ਕੋਈ ਇਹਦੀ ਲੋਇਲਟੀ ਨਹੀਂ, ਕੁਛ ਨਹੀਂ, ਇਹ ਬਸ ਹਮੇਸ਼ਾ ਇਹਦਾ ਇਹੀ ਕੰਮ ਰਿਹਾ ਕਿ ਮੈਂ ਪੈਸੇ ਕਮਾਵਾਂ। ਤਾਂ ਮੰਤਰੀ ਰਾਣਾ ਗੁਰਮੀਤ ਸੋਢੀ ਦੇ ਖਿਲਾਫ਼ ਵਧਾਇਕ ਨਿੱਤ ਰਹੇ ਨੇ ਦਵਿੰਦਰ ਘੁਬਾਇਆ ਵੱਲੋਂ ਖੁੱਲ੍ਹ ਕੇ ਜਿਹੜਾ ਮੰਤਰੀ ਰਾਣਾ ਗੁਰਮੀਤ ਸੋਢੀ ਦਾ ਵਿਰੋਧ ਕੀਤਾ ਗਿਆ। ਪਹਿਲਾਂ ਸੁਨੀਲ ਜਾਖੜ ਵੱਲੋਂ ਮਸਲਾ ਚੁੱਕਿਆ ਗਿਆ ਸੀ, ਜ਼ਮੀਨੀ ਵਿਵਾਦ ਸੀ, 2 ਵਾਰ ਮੁਆਵਜ਼ਾ ਲੈਣ ਦਾ ਵਿਵਾਦ ਸੀ ਅਤੇ ਹੁਣ ਅਸਤੀਫੇ ਦੀ ਮੰਗ ਹੋਣ ਲੱਗੀ ਹੈ। ਦਵਿੰਦਰ ਘੁਬਾਇਆ ਸਾਡੇ ਨਾਲ ਮੌਜੂਦ ਹੈ, ਕੀ ਸਾਰਾ ਮਸਲਾ ਡਿਟੇਲ ਦੇ ਵਿੱਚ ਦੱਸੋਗੇ, ਕਦੋਂ ਸ਼ੁਰੂ ਹੋਇਆ ਅਤੇ ਕਿਉਂ ਸਿੱਧਾ ਮੰਤਰੀ ਦੇ ਆਪਣੀ ਸਰਕਾਰ ਦੇ ਖਿਲਾਫ਼ ਉਤਰਨਾ ਪੈ ਗਿਆ? ਦੇਖੋ ਜੀ, ਇਹ ਜਿਹੜਾ ਰੋਡ ਵਾਸਤੇ ਲੈਂਡ ਐਕੁਜੀਸ਼ਨ ਹੋਈ ਸੀ ਗਰੂਰ ਸਾਹਿਬ ਦੇ ਵਿੱਚ ਔਰ ਇਹ ਮੇਰਾ ਹਲਕਾ ਜਿਹੜਾ ਨਾਲ ਹੀ ਔਰ ਮੇਰੇ ਫਾਦਰ ਸਾਹਿਬ ਇੱਥੋਂ ਲੋਕ ਸਭਾ ਦੇ 2 ਵਾਰ ਮੈਂਬਰ ਰਹੇ ਆ। ਸੋ ਇਹਨਾਂ ਨੇ ਪਹਿਲਾਂ ਵੀ ਜਿਹੜਾ ਕਿ 1961 ਦੇ ਵਿੱਚ ਮੁਆਵਜ਼ਾ ਲਿਆ, ਫਿਰ 12-13 ਦੇ ਵਿੱਚ ਲੈ ਲਿਆ, ਹੁਣ ਕੋਰਟ ਦੇ ਵਿੱਚ ਝੂਠੇ ਕਾਗਜ਼ ਪੇਸ਼ ਕਰਕੇ ਫਿਰ ਦੁਬਾਰਾ ਜਿਹੜਾ ਸਰਕਾਰ ਨੂੰ ਚੂਨਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਮਹਿਕਮੇ ਨੇ ਫਿਰ ਦੁਬਾਰਾ ਜਦੋਂ ਕੋਰਟ ਦੇ ਵਿੱਚ ਗਏ ਤਾਂ ਕੋਰਟ ਨੇ ਇਹ ਡਿਸਾਈਡ ਕੀਤਾ ਕਿ ਜਿਹੜਾ ਬਿਲਕੁਲ ਫਰੌਡ ਹੈ, ਗਲਤ ਇਹਨਾਂ ਕਾਗਜ਼ ਪੇਸ਼ ਕੀਤੇ ਹੈ ਔਰ ਇਹਨਾਂ ਦੇ ਖਿਲਾਫ਼ ਜਿਹੜਾ 420 ਦਾ ਪਰਚਾ ਬਣਦਾ ਔਰ ਮੈਂ ਸਮਝਦਾ ਕਿ ਇਹ ਕਾਰਵਾਈ ਹੋਣੀ ਚਾਹੀਦੀ ਹੈ ਔਰ ਇਹੋ ਜਿਹੇ ਜਿਹੜੇ ਮੰਤਰੀ ਨੇ ਉਹ ਪਾਰਟੀ ਦਾ ਨੁਕਸਾਨ ਕਰ ਰਹੇ ਆ, ਕੈਪਟਨ ਸਾਹਿਬ ਦੇ ਨਾਮ ਨੂੰ ਉਹ ਦਾਗ ਲਾ ਰਹੇ ਆ ਔਰ ਇਹੋ ਜਿਹੇ ਬੰਦੇ ਮੈਂ ਸਮਝਦਾ ਕਿ ਪਾਰਟੀ ਤੋਂ ਕੈਬਨਿਟ ਦੇ ਵਿੱਚੋਂ ਕੱਢ ਦੇਣੇ ਚਾਹੀਦੇ। ਤੁਹਾਡੇ ਧਿਆਨ 'ਚ ਮਾਮਲਾ ਕਦੋਂ ਆਇਆ ਅਤੇ ਹੁਣੇ ਕਿਉਂ ਚੱਕਿਆ ਗਿਆ, ਤੁਸੀਂ ਹੁਣੇ ਮਾਮਲਾ ਜਿਹੜਾ ਇੱਕੋਦਮ ਅਚਾਨਕ ਚੱਕ ਰਹੇ ਹੋ? ਦੇਖੋ, ਸਾਡੇ ਪ੍ਰਧਾਨ ਚੌਧਰੀ ਸੁਨੀਲ ਕੁਮਾਰ ਜਾਖੜ ਜੀ ਜਿਹੜੇ ਸਾਬਕਾ ਪ੍ਰਧਾਨ ਨੇ, ਉਹਨਾਂ ਵੱਲੋਂ ਜਿਹੜੀ ਚਿੱਠੀ ਲਿਖੀ ਗਈ ਕੈਪਟਨ ਸਾਹਿਬ ਨੂੰ ਔਰ ਸਾਡੇ ਜਿਹੜੇ AICC ਦੇ ਪ੍ਰੈਜੀਡੈਂਟ ਨੇ ਸੋਨੀਆ ਗਾਂਧੀ ਜੀ ਨੂੰ ਔਰ ਉਸ ਤੋਂ ਬਾਅਦ ਅਸੀਂ ਵੀ ਉਹਨਾਂ ਦੀ ਹਮਾਇਤ ਦੇ ਵਿੱਚ ਆਏ ਹਾਂ ਔਰ ਇਹੋ ਜਿਹੇ ਜਿਹੜੇ ਬੰਦੇ ਨੇ ਉਹਨਾਂ ਨੂੰ ਪਾਰਟੀ ਤੋਂ ਪਾਸੇ ਕਰਨਾ ਚਾਹੀਦਾ, ਇਹਦੇ ਨਾਲ ਪਾਰਟੀ ਦਾ ਅਕਸ ਜਿਹੜਾ ਉਹ ਖਰਾਬ ਹੁੰਦਾ ਔਰ ਮੈਂ ਸਮਝਦਾ ਕਿ ਇਹੋ ਜਿਹੇ ਬੰਦੇ ਜਿਹੜੇ ਇਹ ਬਿਜ਼ਨਸ ਮਾਈਂਡਡ ਹੁੰਦੇ ਆ, ਇਹਨਾਂ ਨੂੰ ਆਪਦੇ ਪੈਸੇ ਦੇ ਨਾਲ ਹੁੰਦਾ, ਇਹਨਾਂ ਨੂੰ ਪਾਰਟੀ ਦੇ ਨਾਲ ਨਹੀਂ ਕੋਈ ਹੁੰਦਾ। ਤੁਹਾਡੇ ਏਰੀਏ 'ਚ ਵੀ ਫੈਕਟਰੀ ਲਾਉਣ ਦਾ ਵੀ ਮਸਲਾ ਕਿਤੇ ਨਾ ਕਿਤੇ ਤੁਸੀਂ ਉਹ ਵੀ ਚੁੱਕਿਆ ਸੀ, ਉਹ ਮਸਲਾ ਕੀ ਹੈ? ਬਿਲਕੁਲ ਜੀ, ਇਹਨੇ ਇੱਦਾਂ ਹੀ ਸੁਖਬੀਰ ਬਾਦਲ ਦੇ ਨਾਲ ਮਿਲ ਕੇ 12-13 ਦੇ ਵਿੱਚ ਜਿਹੜਾ ਫੈਕਟਰੀ ਦਾ ਪ੍ਰੋਸੈਸ ਸ਼ੁਰੂ ਕੀਤਾ ਸੀ ਮੇਰੇ ਹਲਕੇ ਦੇ ਵਿੱਚ, ਪਿੰਡ ਹੀਰਾਂ ਵਾਲੀ ਹੈਗਾ ਔਰ ਪਿੱਛੇ ਉਹਦਾ ਕੰਮ ਵੀ ਜਿਹੜਾ ਸਰਕਾਰ 2017 ਦੇ ਵਿੱਚ ਕਾਂਗਰਸ ਦੀ ਬਣੀ ਤਾਂ ਉਸ ਤੋਂ ਬਾਅਦ ਇਹਨੇ ਦੁਬਾਰਾ ਅਪਰੂਵਲ ਵਗੈਰਾ ਲੈ ਕੇ ਕੰਮ ਸ਼ੁਰੂ ਕਰਤਾ ਸੀਗਾ, ਪਰ ਉੱਥੋਂ ਦੇ ਲੋਕ ਪਿੰਡਾਂ ਲਈ ਤਗੜੇ ਹੋਏ, ਕੁਛ ਉੱਥੋਂ ਦੀ ਸੰਸਥਾਵਾਂ ਤਗੜੀਆਂ ਹੋਈਆਂ, ਸਾਡੇ ਜਾਖੜ ਸਾਹਿਬ ਨੇ ਸਾਡਾ ਸਾਥ ਦਿੱਤਾ, ਮੈਂ ਵੀ ਵਿਧਾਨ ਸਭਾ 'ਚ ਮੁੱਦਾ ਚੱਕਿਆ ਔਰ ਉਹਦੇ ਨਾਲ ਜਿਹੜਾ ਮੈਂ ਸਮਝਾਂ ਲੋਕਾਂ ਦੀ ਆਵਾਜ਼ ਸੁਣੀ ਗਈ ਅਤੇ ਉਹ ਇੱਕ ਤਰ੍ਹਾਂ ਉਹਦਾ ਜਿਹੜਾ ਫੈਕਟਰੀ ਦਾ ਕੰਮ ਜਿਹੜਾ ਉਹ ਬੰਦ ਹੋ ਗਿਆ ਔਰ ਇਹਦਾ ਕੰਮ ਇਹੀ ਰਿਹਾ ਕਿ ਮੈਂ ਕਿਤੇ ਨਾ ਕਿਤੇ ਬਿਜ਼ਨਸ ਕਰਾਂ ਔਰ ਪੈਸੇ ਕਮਾਵਾਂ, ਇਹਦਾ ਹੋਰ ਪਾਰਟੀ ਦੇ ਪ੍ਰਤੀ ਕੋਈ ਇਹਦੀ ਲੋਇਲਟੀ ਨਹੀਂ, ਕੁਛ ਨਹੀਂ, ਇਹ ਬਸ ਹਮੇਸ਼ਾ ਇਹਦਾ ਇਹੀ ਕੰਮ ਰਿਹਾ ਕਿ ਮੈਂ ਪੈਸੇ ਕਮਾਵਾਂ ਔਰ ਇਸ ਤਰ੍ਹਾਂ ਇਹਦੇ ਨਾਲ ਜਿਹੜਾ ਮੈਂ ਸਮਝਦਾ ਵੀ ਪਾਰਟੀ ਦਾ ਨੁਕਸਾਨ ਹੁੰਦਾ ਔਰ ਇਹੋ ਜਿਹੇ ਬੰਦਿਆਂ ਨੂੰ ਕੈਪਟਨ ਸਾਹਿਬ ਨੂੰ ਚਾਹੀਦਾ ਉਹ ਕੈਬਨਿਟ 'ਚੋਂ ਬਾਹਰ ਕੱਢਣੇ ਚਾਹੀਦੇ। ਅਜਿਹੇ ਮੰਤਰੀ ਕਾਂਗਰਸ ਪਾਰਟੀ ਦੇ ਵਿੱਚ ਹੈ ਜੋ ਲੋਕਾਂ ਨੂੰ ਸਿਰਫ ਲੁੱਟਣ ਦੀ ਸੋਚਦੇ ਅਤੇ ਰਾਜਨੀਤੀ ਸਿਰਫ ਬਿਜ਼ਨਸ ਵਾਸਤੇ ਕਰਦੇ ਆ? ਬਿਲਕੁਲ ਜੀ, ਇਹੋ ਜਿਹੇ ਬਿਜ਼ਨਸ ਹੈ ਹੀ ਬਿਜ਼ਨਸ ਮਾਈਂਡਡ ਔਰ ਇਹ ਤੁਸੀਂ ਵੇਖਿਆ ਹੀ ਹੈ, ਪਹਿਲਾਂ ਫੈਕਟਰੀ ਵਾਲਾ ਮਸਲਾ, ਆ ਲੈਂਡ ਐਕੁਜੀਸ਼ਨ ਵਾਲਾ ਮਸਲਾ, ਹਜੇ ਹੋਰ ਕਈ ਹੋਣਗੇ ਮੈਂ ਸਮਝਦਾ ਵੀ ਇਹਦੇ ਫਰੌਡ ਜਿਹੜੇ ਹਜੇ ਲੁਕੇ ਹੋਏ ਨੇ ਉਹ ਵੀ ਟਾਈਮ ਸਿਰ ਬਾਹਰ ਆਉਣਗੇ ਔਰ ਇਹੋ ਜਿਹੇ ਬੰਦੇ ਨੂੰ ਕੈਬਨਿਟ 'ਚੋਂ ਬਾਹਰ ਕੱਢਣਾ ਚਾਹੀਦਾ ਜਿਹਦੇ ਨਾਲ ਪਾਰਟੀ ਦਾ ਨੁਕਸਾਨ ਹੈ। ਕਿਹੜੇ ਕਿਹੜੇ ਵਿਧਾਇਕ ਇਸ ਚੀਜ਼ ਦਾ ਵਿਰੋਧ ਕਰ ਰਹੇ, ਕਿਉਂਕਿ ਵਰਿੰਦਰ ਮਿਸਪਾੜਾ, ਕੁਲਬੀਰ ਜੀਰਾ ਅਤੇ ਤਾਂ ਸਾਰੇ ਤੁਸੀਂ ਅੱਜ ਇਕੱਠੇ ਹੋ ਰਹੇ, ਦਰਸ਼ਨ ਬਰਾੜ, ਹੋਰ ਕਿਹੜੇ ਕਿਹੜੇ ਵਿਧਾਇਕ ਹੈਗੇ ਜਿਹੜੇ ਇਸ ਦਾ ਵਿਰੋਧ ਕਰ ਰਹੇ? ਦੇਖੋ ਜੀ, ਕੱਲ੍ਹ ਜੀਰਾ ਸਾਹਿਬ ਦਾ ਵੀ ਮੈਂ ਸੁਣਿਆ ਕਿ ਉਹਨਾਂ ਨੇ ਵੀ ਪ੍ਰੈਸ 'ਚ ਆ ਕੇ ਓਪਨਲੀ ਬਿਆਨ ਦਿੱਤਾ, ਸੋ ਸਾਰੇ ਤਕਰੀਬਨ ਜਿਹੜੇ ਪਾਰਟੀ ਨਾਲ ਖੜ੍ਹੇ ਹੈ, ਜਿਹੜੇ ਪਾਰਟੀ ਦਾ ਫਾਇਦਾ ਚਾਹੁੰਦੇ ਆ, ਉਹ ਮੈਂ ਸਮਝਦਾ ਵੀ ਉਹ ਸਾਰੇ ਇਹਦਾ ਵਿਰੋਧ ਕਰਨਗੇ ਔਰ ਇਹਨੂੰ ਜਿਹੜਾ ਕਿ ਕੈਬਨਿਟ 'ਚੋਂ ਬਾਹਰ ਕਰਨਾ ਚਾਹੀਦਾ। ਜ਼ਿਆਦਾਤਰ ਉਹੀ ਵਿਧਾਇਕ ਹੈ ਜਿਹੜੇ ਨਵਜੋਤ ਸਿੰਘ ਸਿੱਧੂ ਦੇ, ਅੱਜ ਵੀ ਜਿਹੜੀ ਤੁਸੀਂ ਮੀਟਿੰਗ ਇੱਥੇ ਕੀਤੀ ਹੈ ਜੀ ਕੁਲਵੀਰ ਜੀ ਦੇ ਘਰ, ਉਹੀ ਵਿਧਾਇਕ ਇਕੱਠੇ ਹੋਏ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਪੱਖ 'ਚ ਖੜੇ ਸੀਗੇ ਅਤੇ ਰਾਣਾ ਗੁਰਮੀਤ ਸੋਢੀ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਮੰਨੇ ਜਾਂਦੇ ਆ। ਇਹਦੇ 'ਚ ਕੋਈ ਕੈਪਟਨ ਸਾਹਿਬ ਅਤੇ ਨਵਜੋਤ ਸਿੰਘ ਸਿੱਧੂ ਵਾਲੀ ਗੱਲ ਹੈ ਨਹੀਂ, ਇਹਦੇ 'ਚ ਸਿਰਫ ਕਾਂਗਰਸ ਪਾਰਟੀ ਦੀ ਗੱਲ ਹੈ ਔਰ ਜਿਹੜੇ ਵਿਧਾਇਕ ਕਾਂਗਰਸ ਪਾਰਟੀ ਦੇ ਫਾਇਦਾ ਚਾਹੁੰਦੇ ਨੇ, ਕਾਂਗਰਸ ਪਾਰਟੀ ਪ੍ਰਤੀ ਸਮਰਪਿਤ ਨੇ, ਉਹ ਸਾਰੇ ਹੀ ਚਾਹੁੰਣਗੇ ਕਿ ਇਹੋ ਜਿਹੇ ਮੰਤਰੀ ਜਿਹੜੇ ਕੈਬਨਿਟ 'ਚੋਂ ਬਾਹਰ ਕੱਢਣੇ ਚਾਹੀਦੇ। ਕੈਪਟਨ ਅਮਰਿੰਦਰ ਸਿੰਘ ਲੱਗਦਾ ਕਾਰਵਾਈ ਕਰਨਗੇ? ਦੇਖੋ ਕਰਨਗੇ ਜੀ, ਉਹ ਕਾਂਗਰਸ ਵੱਲੋਂ ਹੀ ਬਣੇ ਹੋਏ ਮੁੱਖ ਮੰਤਰੀ ਨੇ, ਜੋ ਕਾਂਗਰਸ ਦਾ ਫਾਇਦਾ ਚਾਹੁੰਣਗੇ ਤਾਂ ਉਹ ਕਰਨਗੇ ਜੀ। ਵਿਧਾਇਕ ਤੁਸੀਂ ਇਕੱਠੇ ਹੋ ਕੇ ਕੁਛ ਲਿਖ ਰਹੇ ਹੋ, ਕੈਪਟਨ ਅਮਰਿੰਦਰ ਸਿੰਘ ਨੂੰ ਕਾਰਵਾਈ ਕੀਤੀ ਜਾਵੇ? ਹਾਲੇ ਤਾਂ ਅਸੀਂ ਜਾਖੜ ਸਾਹਿਬ ਦੀ ਚਿੱਠੀ ਦੀ ਹਮਾਇਤ ਕਰ ਰਹੇ ਹਾਂ, ਜੇ ਸਾਨੂੰ ਜਿਵੇਂ ਜ਼ਰੂਰਤ ਮਹਿਸੂਸ ਹੋਈ ਕਿ ਅਸੀਂ
देखो हाई कमांड तक तो चिट्ठी पहुंच गई, हाई कमांड ने भी फैसला लेना है, कैप्टन साहब ने फैसला लेना है, तो वो एक्शन कैप्टन साहब जरूर लेंगे। ਇਸਨ ਵਿਧਾਇਕ ਦਵਿੰਦਰ ਸਿੰਘ ਬਾਜ ਜੀ ਨਾਲ ਸਾਫ਼ ਤੌਰ 'ਤੇ ਕਹਿਣਾ ਕਿ ਹਾਈਕਮਾਂਡ ਵੀ ਐਕਸ਼ਨ ਜ਼ਰੂਰ ਲਊਗੀ ਅਤੇ ਉਮੀਦ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੀ ਰਾਣਾ ਗੁਰਮੀਤ ਸਿੱਧੂ ਉੱਪਰ ਕੋਈ ਨਾ ਕੋਈ ਫੈਸਲਾ ਲੈਣਗੇ। ਕੈਮਰਾ ਪਰਸਨ ਹਰਜੋਤ ਦੇ ਨਾਲ ਆਸ਼ੂ ਅਨੇਜਾ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।